ਜਦੋਂ ਮੈਂ ਸਟਾਰਟਿੰਗ ਕੀਤੀ ਸੀ ਉਦੋਂ ਕੋਈ ਕਾਰਡ ਨਹੀਂ ਸੀ ਪੰਜਾਬ 'ਚ ਹੀ ਆਪਣੀ ਪਹਿਲੀ ਕਾਰਡ ਸੀਗੀ ਮੈਂ ਜੀ ਫੋਰਨ ਦੇ ਵਿੱਚ ਗਿਆ ਸੀਗਾ ਸਿੰਗਾਪੁਰ ਵਾਲੀ ਸਾਈਡ ਉੱਧਰ ਦੇਖਿਆ ਸੀਗਾ ਇੱਦਾਂ ਦੇ ਕਾਰਡ ਸੀਗੇ ਕਿਸੇ ਵੀ ਚੀਜ਼ ਦੇ ਵਿੱਚ ਸਕਿੱਲ ਹੋਣਾ ਜ਼ਰੂਰੀ ਆ ਵੀ ਆਉਣਾ ਮੇਰਾ ਫੂਡ ਲਾਈਨ ਦੇ ਵਿੱਚ ਸਕਿੱਲ ਸੀਗਾ ਮੈਂ ਫੂਡ ਲਾਈਨ ਯੂਜ਼ ਕਰ ਲਈ ਜੋ ਮੈਂ ਸੋਚਿਆ ਨਹੀਂ ਸੀ ਉਸ ਤੋਂ ਵੱਧ ਕੇ ਪਰਮਾਤਮਾ ਨੇ ਦਿੱਤਾ ਜੀ ਤਾਂ ਮੇਰਾ ਰੋਜ਼ਗਾਰ ਬਣਿਆ ਜੀ ਇੱਕ ਨਾਲ ਜੋ ਮੇਰੇ ਨਾਲ ਬੰਦੇ ਕੰਮ ਕਰਦੇ ਉਹਨਾਂ ਦਾ ਫੈਮਿਲੀ ਦਾ ਰੋਜ਼ਗਾਰ ਬਣਿਆ ਜੀ ਮਤਲਬ ਕਿ ਆਪਣੇ ਕੋਲ ਹੈਗੇ 8 ਤੋਂ 10 ਬੰਦੇ ਆ ਜੀ ਕੰਮ ਕਰਦੇ ਜੇ ਕਮਾਈ ਦੀ ਤੁਸੀਂ ਗੱਲ ਪੁੱਛੋ ਤਾਂ ਜੇ ਆਪਾਂ ਕਹਿ ਦਈਏ ਵੀ ਸਰਕਾਰੀ ਜੌਬ ਆ ਉਹਦੇ ਬਰਾਬਰ ਕਮਾਈ ਹੋ ਜਾਂਦੀ ਆ ਮੇਰਾ ਨਾਮ ਸ਼ਰਨਪ੍ਰੀਤ ਸਿੰਘ ਆ ਪਿੰਡ ਡਗਰੂ ਆ ਜੀ ਜ਼ਿਲ੍ਹਾ ਮੋਗਾ ਜੀ ਮੋਗੇ ਆ ਬਿਜਲੀ ਘਰ ਦੇ ਮੂਹਰੇ ਬੋਟ ਰਾਈਟਰ ਅਤੇ ਟਰਾਲੀ ਦਾ ਮੈਂ ਕਾਰਡ ਲਗਾਉਂਦਾ ਜੀ ਫਾਸਟ ਫੂਡ ਦਾ ਅਤੇ ਮੈਨੂੰ ਇਹ ਕੰਮ ਕਰਦੇ ਨੂੰ 5 ਸਾਲ ਹੋ ਗਏ ਜੀ ਮੈਂ ਜੀ ਫੋਰਨ ਦੇ ਵਿੱਚ ਗਿਆ ਸੀਗਾ ਸਿੰਗਾਪੁਰ ਵਾਲੀ ਸਾਈਡ ਉੱਧਰ ਦੇਖਿਆ ਸੀਗਾ ਇੱਦਾਂ ਦੇ ਕਾਰਡ ਸੀਗੇ ਤਾਂ ਇੱਦਾਂ ਦਾ ਕੰਸੈਪਟ ਮੈਨੂੰ ਉੱਥੋਂ ਆਇਆ ਵੀ ਇੱਦਾਂ ਦਾ ਕੰਸੈਪਟ ਕੀਤਾ ਜਾਵੇ ਵੀਰ ਜੀ ਇਹ ਹੈ ਬਿਲਾਲ ਤਾਂ ਘਰ ਹੀ ਬਣਾਈ ਸਾਰੀ ਇਹ ਮਤਲਬ ਕਿ ਮਿਸਤਰੀ ਘਰ ਬੁਲਾ ਕੇ ਅਤੇ ਸਾਨੂੰ 5 ਤੋਂ 6 ਮਹੀਨੇ ਕਾਰਡ ਬਣਾਉਣ 'ਤੇ ਲੱਗ ਗਏ ਸੀਗੇ ਜੇ ਤਾਂ 8.5 ਲੱਖ ਰੁਪਇਆ ਖਰਚਾ ਆ ਗਿਆ ਸੀ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਉਦੋਂ ਕੋਈ ਕਾਰਡ ਨਹੀਂ ਸੀ ਪੰਜਾਬ 'ਚ ਹੀ ਆਪਣੀ ਪਹਿਲੀ ਕਾਰਡ ਸੀਗੀ ਫੋਰ ਟਰੈਕਟਰ ਦੇ ਟਰਾਲੀ ਦੇ ਨਾਲ ਉਸ ਤੋਂ ਬਾਅਦ ਕਾਰਡ ਬਹੁਤ ਬਣ ਗਈਆਂ ਮੋਗੇ ਦੇ ਵਿੱਚ ਕਾਫੀ ਤਰ੍ਹਾਂ ਦੀਆਂ 4-5 ਤਰ੍ਹਾਂ ਦੀਆਂ ਬਣ ਗਈਆਂ ਵੀਰ ਜੀ ਕੰਟਰੀ ਡਿਪੈਂਡ ਕਰਦਾ ਠੀਕ ਹੈ ਜੀ ਜੇ ਚੰਗੀਆਂ ਕੰਟਰੀਆਂ ਨੇ ਉੱਥੇ ਜਾਂਦੇ ਆ ਨੌਜਵਾਨ ਵਧੀਆ ਕਮਾਈਆਂ ਕਰਦੇ ਆ ਵਧੀਆ ਹੀ ਗੱਲ ਹੈ ਮਤਲਬ ਕਿ ਜੇ ਕਈ ਵਾਰ ਛੋਟੀ ਕੰਟਰੀ ਦੇ ਵਿੱਚ ਨਹੀਂ ਬੰਦੇ ਦੀ ਸੈਟਿੰਗ ਹੁੰਦੀ ਉੱਥੋਂ ਨਾਲੋਂ ਆਪਣੇ ਪੰਜਾਬ 'ਚ ਕੰਮ ਕਰ ਲੈਣਾ ਬੈਸਟ ਆ ਜੀ ਬਾਤੀ ਦਿੱਕਤਾਂ ਆਉਂਦੀਆਂ ਵੀ ਹਾਂ ਮਤਲਬ ਕਿ ਪਹਿਲਾਂ ਪਹਿਲਾਂ ਹੁੰਦਾ ਵੀ ਹਾਂ ਇੱਕ ਤੁਸੀਂ ਬਰਗਰ ਦੀ ਰੇਹੜੀ ਲਾਓਗੇ ਇੱਦਾਂ ਕਰਕੇ ਬਸ ਇੱਦਾਂ ਦੀ ਦਿੱਕਤ ਹੀ ਆਈ ਆ ਕੋਈ ਜ਼ਿਆਦਾ ਦਿੱਕਤ ਨਹੀਂ ਆਈ ਆਪਾਂ ਜਿਵੇਂ ਜਿਵੇਂ ਕਸਟਮਰ ਜਿੱਦਾਂ ਦੀ ਡਿਮਾਂਡ ਕਰਦਾ ਸਾਰੀ ਰਿਕੁਆਇਰਮੈਂਟ ਉਹਨਾਂ ਦੀ ਪੂਰੀ ਕਰੀਦੀ ਆ ਕਿਸੇ ਵੀ ਚੀਜ਼ ਦੇ ਵਿੱਚ ਸਕਿੱਲ ਹੋਣਾ ਜ਼ਰੂਰੀ ਆ ਵੀ ਆਉਣਾ ਮੇਰਾ ਫੂਡ ਲਾਈਨ ਦੇ ਵਿੱਚ ਸਕਿੱਲ ਸੀਗਾ ਮੈਂ ਫੂਡ ਲਾਈਨ ਯੂਜ਼ ਕਰ ਲਈ ਕਿਸੇ BCA ਡਿਗਰੀ ਕੀਤੀ ਹੋਈ ਸੀ ਮੇਰੀ ਉਦੋਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਹੋਟਲ ਮੈਨੇਜਮੈਂਟ ਦਾ ਕੋਰਸ ਕਰਕੇ ਇਹ ਲਾਈਨ 'ਚ ਫਿਰ ਟੱਚ ਅਪ ਹੋ ਗਿਆ ਇਹ ਲਾਈਨ ਦਾ ਵੀ ਹਾਂ ਵੀ ਇਹ ਕਰ ਸਕਦਾ ਮੈਂ ਇਹ ਸਾਡੇ ਮਤਲਬ ਕਿ ਕਹਿ ਸਕਦੇ ਆਪਾਂ ਕਸਟਮਰ ਦੀਆਂ ਦੁਆਵਾਂ ਕਹਿ ਸਕਦੇ ਹਾਂ ਪਰਿਵਾਰ ਦੀਆਂ ਦੁਆਵਾਂ ਕਹਿ ਸਕਦੇ ਹਾਂ ਮਤਲਬ ਕਿ ਕੁਦਰਤੀ ਨਾਲ ਜਦੋਂ ਬੰਦੇ ਦੇ ਨਾਲ ਹੁੰਦੀ ਆ ਉਦੋਂ ਚੜ੍ਹਾਈ ਹੁੰਦੀ ਹੈ ਜੋ ਮੈਂ ਸੋਚਿਆ ਨਹੀਂ ਸੀ ਉਸ ਤੋਂ ਵੱਧ ਕੇ ਪਰਮਾਤਮਾ ਨੇ ਦਿੱਤਾ ਜੀ ਆਪਣੇ ਕੋਲ ਬਰਗਰ ਹੁੰਦੇ ਆ ਨਿਊਡਲ ਹੁੰਦੇ ਆ ਮਨਚੂਰੀਅਨ ਪੀਜ਼ਾ ਰੋਲ ਫਰਾਈਜ਼ ਰੈਪ ਵਗੈਰਾ ਸਾਰਾ ਕੁਛ ਹੀ ਹੁੰਦਾ ਚਾਂਪ ਵਗੈਰਾ ਸਾਰਾ ਕੁਛ ਹੁੰਦਾ ਜੀ ਇਹ ਪੱਕਾ ਟਿਕਾਣਾ ਜੀ 5 ਸਾਲ ਤੋਂ ਇੱਥੇ ਹੀ ਹੈ ਜੀ ਮੈਂ ਆਪਣੇ ਕੋਲ ਹੈਗੇ 8 ਤੋਂ 10 ਬੰਦੇ ਆ ਜੀ ਕੰਮ ਕਰਦੇ ਇਹ ਸਾਰੇ ਉਹਨਾਂ ਨੂੰ ਪ੍ਰੋਪਰ ਦੱਸਿਆ ਹੋਇਆ ਵੀ ਇੰਨੀ ਕੁਆਂਟਿਟੀ ਪਾਉਣੀ ਆ ਇੱਦਾਂ ਰੈਸਪੀ ਆਹ ਚੀਜ਼ ਆਪਣੀ ਆਹ ਚੀਜ਼ ਸਰਵ ਕਰਕੇ ਦੇਣੀ ਹੈ ਠੀਕ ਹੈ ਜੀ ਸਾਰਾ ਮਤਲਬ ਕਿ ਚਾਰਟ ਬਣਿਆ ਹੁੰਦਾ ਇਹ ਇੱਥੇ ਲਾਉਂਦੇ ਹਾਂ ਅਸੀਂ 11 ਤੋਂ 10 ਵਜੇ ਤੱਕ ਨਹੀਂ ਬਹੁਤ ਖੁਸ਼ੀ ਹੈ ਜੀ ਇਹਦੇ ਨਾਲ ਮਤਲਬ ਕਿ ਇੱਕ ਤਾਂ ਮੇਰਾ ਰੋਜ਼ਗਾਰ ਬਣਿਆ ਜੀ ਇੱਕ ਨਾਲ ਜੋ ਮੇਰੇ ਨਾਲ ਬੰਦੇ ਕੰਮ ਕਰਦੇ ਉਹਨਾਂ ਦਾ ਫੈਮਿਲੀ ਦਾ ਰੋਜ਼ਗਾਰ ਬਣਿਆ ਜੀ ਮਤਲਬ ਕਿ ਮੈਨੂੰ ਵੀ ਖੁਸ਼ੀ ਹੁੰਦੀ ਆ ਵੀ ਮੈਂ ਵੀ ਕਿਸੇ ਦੇ ਕੰਮ ਆਇਆ ਤਾਂ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਅਸੀਂ ਕਿਸੇ ਦੇ ਕੰਮ ਆਏ ਜੀ ਮਿਹਨਤ ਤਾਂ ਸਰ ਹੈਗੀ ਹੋਈ ਆਪਾਂ ਕਰ ਬਾਹਰ ਜਾਂਦੇ ਹਾਂ ਉੱਥੇ ਵੀ 12 ਤੋਂ 14 ਘੰਟੇ ਕੰਮ ਕਰਦੇ ਹਾਂ ਜੀ ਅਤੇ ਇੱਥੇ ਵੀ 12 ਤੋਂ 14 ਘੰਟੇ ਕੰਮ ਕਰਕੇ ਫੈਮਿਲੀ 'ਚ ਟਾਈਮ ਦੇ ਪਾਉਂਦੇ ਹਾਂ ਡੇਲੀ ਘਰ ਜਾਣਾ ਠੀਕ ਹੈ ਬਾਹਰ ਜਾਂਦੇ ਹਾਂ ਕਦੇ 5-6 ਸਾਲਾਂ ਬਾਅਦ ਵਾਪਸੀ ਆਉਣੀ ਪੈਂਦੀ ਹੈ ਜੇ ਕਮਾਈ ਦੀ ਤੁਸੀਂ ਗੱਲ ਪੁੱਛੋ ਤਾਂ ਜੇ ਆਪਾਂ ਕਹਿ ਦਈਏ ਵੀ ਸਰਕਾਰੀ ਜੌਬ ਆ ਉਹਦੇ ਬਰਾਬਰ ਕਮਾਈ ਹੋ ਜਾਂਦੀ ਹੈ ਠੀਕ ਆ ਪੜ੍ਹਿਆ ਲਿਖਿਆ ਬੰਦਾ ਵੀ ਹੈਗਾ ਪਰ ਉਹਨੂੰ ਜੌਬ ਦੀ ਅਪਰਚੁਨਿਟੀ ਨਹੀਂ ਮਿਲ ਰਹੀ ਤਾਂ ਫਿਰ ਉਹ ਕੋਈ ਨਾ ਕੋਈ ਆਪਣਾ ਕੰਮ ਕਰ ਲੈਣਾ ਚਾਹੀਦਾ ਪਹਿਲਾਂ ਇੱਥੇ ਹੀ ਆਪਣੇ ਪੰਜਾਬ 'ਚ ਥੋੜ੍ਹੀ ਸ਼ਰਮ ਮਾਨ ਲੈਂਦੇ ਆ ਜਿਵੇਂ ਹੁਣ ਫੋਰਨ 'ਚ ਜਾਂਦੇ ਆ ਸਾਰੇ ਕੰਮ ਕਰਦੇ ਆ ਟੋਟਲੀ ਸੇਮ ਸਾਰਿਆਂ ਦਾ ਸੇਮ ਸ਼ਡਿਊਲ ਹੁੰਦਾ ਸੁਬਾਹ ਉੱਠਣਾ ਰਾਤ ਨੂੰ ਆਉਣਾ ਕੰਮ 'ਤੇ ਸਾਰੇ ਜਣੇ ਕੰਮ 'ਤੇ ਹੁੰਦੇ ਆ ਇੱਥੇ ਥੋੜ੍ਹੀ ਸ਼ਰਮ ਖਾ ਜਾਂਦਾ ਬੰਦਾ ਪਰਿਵਾਰ ਕੀ ਕਹੂਗਾ ਜਾਂ ਰਿਸ਼ਤੇਦਾਰ ਕੀ ਕਹਿਣਗੇ ਜਾਂ ਦੋਸਤ ਕੀ ਕਹੂਗਾ ਫੋਰਨ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਗਾ ਵੀ ਹਾਂ ਆਪਦਾ ਜੋ ਮਰਜ਼ੀ ਕਰੀ ਜਾਵੇ ਸਾਰੇ ਕੰਮ 'ਤੇ ਜਾਂਦੇ ਆ ਇੱਥੇ ਇੱਥੇ ਥੋੜ੍ਹਾ ਜਿਹਾ ਫ੍ਰੀ ਭਾਲਦੇ ਆ 2 ਕੁ ਮਹੀਨੇ ਤੱਕ ਕੈਫੇ ਰੈਡੀ ਹੋ ਰਿਹਾ ਜੀ ਤਾਂ ਉਹਦੇ ਵਿੱਚ ਵੈੱਜ ਨੌਨ ਵੈੱਜ ਕੌਫੀਸ ਵਗੈਰਾ ਸਾਰਾ ਕੁਛ ਐਡ ਕਰਾਂਗੇ ਜੀ ਸਿਟਿੰਗ ਦੀ ਡਿਮਾਂਡ ਕਰ ਰਿਹਾ ਸੀ ਕਸਟਮਰ ਵੀ ਏ ਸੀ ਸਿਟਿੰਗ ਦੀ ਪ੍ਰੋਪਰ ਹੋ ਜਾਵੇ ਫਿਰ ਉਹ ਉਸ ਲਈ ਕਰ ਰਹੇ ਹਾਂ ਬਸ ਥੋੜ੍ਹਾ ਜਿਹਾ ਅੱਗੇ ਹੀ ਆ ਥੋੜ੍ਹਾ ਜਿਹਾ 200 ਮੀਟਰ 'ਤੇ ਅੱਗੇ ਆ ਇਹ ਕਾਰਡ ਨੂੰ ਅਸੀਂ ਇੱਥੇ ਹੀ ਰੱਖਾਂਗੇ ਜੀ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਹੋ ਸਕਦੇ ਆ ਇਹ ਸੋਚ ਬਣੀ ਹੋਈ ਆ ਵੀ ਇੱਥੇ ਨਹੀਂ ਆ ਕੰਮ ਕਰਨਾ ਜੇ ਕਰਨਾ ਤਾਂ ਕੰਮ ਬਾਹਰ ਜਾ ਕੇ ਕਰਨਾ ਪਰ ਬਾਹਰ ਵੀ ਇੱਦਾਂ ਹੀ ਹੋਇਆ ਹੋ ਰਿਹਾ ਜੀ ਮਤਲਬ ਕਿ ਘੱਟ ਗਿਆ ਕੰਮ ਉੱਥੇ ਵੀ ਬੰਦੇ 8-8, 10-10 ਦਿਨ ਫ੍ਰੀ ਰਹਿੰਦੇ ਆ ਕਈ ਨਵਾਂ ਸਟੂਡੈਂਟ ਜਾ ਰਿਹਾ ਉਹ ਫ੍ਰੀ ਰਹਿ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਠੀਕ ਹੈ ਜੀ ਉਹ ਇੱਥੋਂ ਮਤਲਬ ਕਿ ਇੰਨੀ ਸਟੱਡੀ ਕਰਕੇ ਗ੍ਰੈਜੂਏਸ਼ਨ ਹੋ ਕੇ ਜਾਂ ਬਾਹਰ ਜਾਂਦਾ ਅਤੇ ਇੱਥੇ ਪੜ੍ਹ ਕੇ ਆਪਣੀ ਕੋਈ ਨਾ ਕੋਈ ਨੌਕਰੀ ਲੈ ਲਏ ਜਾਂ ਆਪਣਾ ਕੋਈ ਸਕਿੱਲ ਬਣਾ ਲਏ ਨਵੇਂ ਸਕਿੱਲ ਦੇ ਵਿੱਚ ਆਪਦੀ ਕੋਈ ਜੋਬ ਕਰ ਲਏ ਜੋਬ ਕਰਨੀ ਨਹੀਂ ਤਾਂ ਆਪਣਾ ਕੰਮ ਕਰ ਲਵੇ